ਲਗਾਤਾਰ ਮੋਰਚੇ ਦੇ ਵਿੱਚ ਡਟੇ ਮੇਰੇ ਜੁਝਾਰੂ ਭਰਾਵੋ ਤੇ ਭੈਣੋ, ਤੁਹਾਨੂੰ ਸਭ ਨੂੰ ਪਤਾ ਹੋਣਾ ਵੀ ਕੱਲ ਨੂੰ ਫੇਰ ਕਿਸਾਨ ਜਥੇਬੰਦੀਆਂ ਦੀ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਆ ਰਹੀ ਹੈ ਤੇ ਉਹਨਾਂ ਨੇ ਜਿਹੜਾ ਖੇਤੀਬਾੜੀ ਮੰਤਰੀ ਹੈ ਆਪਣਾ ਮੋਦੀ ਸਰਕਾਰ ਦਾ ਕੇਂਦਰ ਸਰਕਾਰ ਦਾ, ਉਹਨਾਂ ਨੇ ਗੱਲਬਾਤ ਤੋਂ ਪਹਿਲਾਂ ਕੱਲ੍ਹ ਵਾਲੀ ਮੀਟਿੰਗ ਤੋਂ ਪਹਿਲਾਂ ਉਹਦਾ ਏਜੰਡਾ ਵੀ ਤੈਅ ਕਰਤਾ। ਪਹਿਲਾਂ ਅਸੀਂ ਏਜੰਡਾ ਤੈਅ ਕਰਦੇ ਹੁੰਦੇ ਸੀ ਜਥੇਬੰਦੀਆਂ ਵਾਲੇ, ਹੁਣ ਉਹਨੇ ਆਪ ਹੀ ਪਹਿਲਾਂ ਏਜੰਡਾ ਤੈਅ ਕਰਤਾ। ਤੁਸੀਂ ਪੜ੍ਹਿਆ ਹੋਣਾ, ਜਿਹੜੇ ਰੋਜ਼ ਅਖਬਾਰ ਪੜ੍ਹਦੇ ਆ, ਪੜ੍ਹਨਾ ਚਾਹੀਦਾ। ਉਹਦਾ ਬਿਆਨ ਹੈ ਖੇਤੀਬਾੜੀ ਮੰਤਰੀ ਦਾ ਬਈ ਕਾਨੂੰਨ ਰੱਦ ਕਰਾਉਣ ਤੋਂ ਸਿਵਾਏ ਵੀ ਇਹਨੂੰ ਪਾਸੇ ਛੱਡ ਦਿਓ, ਹੋਰ ਜਿਹੜੇ ਵੀ ਪਹਿਲੂ ਤੇ ਜਿਹੜੇ ਵੀ ਪੱਖ ਤੇ ਕਿਸਾਨ ਜਥੇਬੰਦੀਆਂ ਗੱਲਬਾਤ ਕਰਨੀਆਂ ਚਾਹੁੰਦੀਆਂ ਅਸੀਂ ਤਿਆਰ ਹੈ। ਏਜੰਡਾ ਫੋਕਸ ਕਰਤਾ ਵੀ ਕਾਨੂੰਨ ਰੱਦ ਕਰਨ ਵਾਲੀ ਏਜੰਡਾ ਨਹੀਂ ਹੋਊਗਾ। ਸੋ ਇਸ ਕਰਕੇ ਇਹਦੇ ਮੀਟਿੰਗ ਚੋਂ ਕਿੰਨਾ ਕੁ ਕੁਛ ਨਿਕਲੂਗਾ ਉਹਦੀਆਂ ਤਾਂ ਪਹਿਲਾਂ ਹੀ ਦਿਸੀ ਜਾਂਦੀਆਂ ਨੇ ਸੰਭਾਵਨਾਵਾਂ। ਇਹ ਜਿਹੜਾ ਪਾਠ ਹੈ ਇਹਨਾਂ ਦੀ, ਇਹ ਰੱਟ ਹੈ, ਕੱਲ ਨੂੰ 10ਵੀਂ 11ਵੀਂ ਗੇੜ ਦੀ ਮੀਟਿੰਗ ਹੋਣੀ ਹੈ, ਸਾਰਿਆਂ ਦੀ ਇਹੀ ਰੱਟ ਹੈ, ਕੋਈ ਫਰਕ ਨਹੀਂ ਉਹਦੇ ਵਿੱਚ। ਇਹ ਮੈਨੂੰ ਇੱਕ ਟੋਟਕਾ ਯਾਦ ਆ ਜਾਂਦਾ ਇਹਨਾਂ ਦੀ ਗੱਲ ਸੁਣ ਕੇ, ਕਹਿੰਦੇ ਕਿਸੇ ਨੇ ਕਿਸੇ ਤੋਂ ਬਣਾਉਣਾ ਸੀ ਦਾਦੀ ਤੋਂ ਪਜਾਮਾ ਕੱਪੜਾ ਦੇ ਆਇਆ ਮੇਰੇ ਅਰਗਾ, ਉਹ ਦਾਦੀ ਨੇ ਪਜਾਮੇ ਦੀ ਬਜਾਏ ਕੱਛਾ ਬਣਾਤਾ। ਅੱਛਾ, ਜਦੋਂ ਲੈਣ ਆਇਆ ਆਪਦਾ ਪਜਾਮਾ ਸਿਉਂਤਾ ਹੋਇਆ, ਉਹ ਦਾਦੀ ਉਹਨੂੰ ਕੱਛੇ ਦੇ ਫਾਇਦੇ ਗਿਣਾਉਣ ਲੱਗ ਗਿਆ ਵੀ ਦੇਖ ਜਦੋਂ ਕੱਛਾ ਪਾਇਆ ਹੁੰਦਾ ਲੱਤਾਂ ਨੂੰ ਮੁੜਕਾ ਨਹੀਂ ਆਉਂਦਾ, ਜਦੋਂ ਕੱਛਾ ਪਾਇਆ ਹੁੰਦਾ ਤੁਹਾਡਾ ਪਜਾਮੇ ਥੱਲੇ ਪਹੁੰਚਿਆ ਕੋਲੋਂ ਲਿਬੜਦਾ ਨਹੀਂ, ਜਦੋਂ ਕੱਛਾ ਪਾਇਆ ਹੁੰਦਾ ਤੁਹਾਡੇ ਖੇਤੀ ਦੇ ਕੰਮ 'ਚ ਅੜਿੱਕਾ ਨਹੀਂ ਬਣਦਾ ਪਜਾਮਾ, ਮਤਲਬ ਕੱਛੇ ਦੇ ਹੀ ਫਾਇਦੇ ਗਿਣਾਏ ਜਾਵੇ। ਬਿਲਕੁਲ ਇਹੀ ਗੱਲ ਇਹਨਾਂ ਦੀ ਹੈ। ਅਸੀਂ ਬਣਾਉਣੇ ਆ, ਕਰਾਉਣੇ ਆ ਰੱਦ ਕਾਨੂੰਨ, ਸ਼ੁਰੂ ਤੋਂ ਇਹ ਮੰਗ ਹੈ, ਇਹ ਸਾਡਾ ਪਜਾਮਾ ਹੈ। ਹੁਣ ਇਹ ਫਾਇਦੇ ਕੱਛੇ ਦੇ ਦੱਸੀ ਜਾਂਦਾ ਹਰੇਕ ਵਾਰੀ, ਸਾਰਾ ਵੀਡੀਓ ਨਹੀਂ ਦੱਸੀ ਜਾਂਦਾ। ਸੋ ਉਹਨੂੰ ਕਿਹੜਾ ਬਣਦਾ ਵੀ ਮੈਥੋਂ ਗਲਤੀ ਹੋ ਗਈ, ਜਿਹੜਾ ਕੁਛ ਤੁਸੀਂ ਮੰਗਦੇ ਸੀ ਕਿਸਾਨ ਦਾ ਮੰਗ ਸੀ ਉਹ ਨਹੀਂ ਹੋਇਆ, ਮੈਂ ਨਵਾਂ ਕੱਪੜਾ ਲੈ ਕੇ ਪਜਾਮਾ ਬਣਾ ਦਿੰਦਾ। ਪਰ ਇਹ ਨਹੀਂ ਕਰ ਰਿਹਾ ਕਿਉਂਕਿ ਜਿਹੜੇ ਹਾਕਮ ਹੁੰਦੇ ਆ ਨਾ, ਇਹਨਾਂ ਨੂੰ ਜਿਹੜੀ ਸੱਤਾ ਹੁੰਦੀ ਹੈ ਰਾਜ ਸੱਤਾ, ਉਹਦੀ ਰਾਜ ਸੱਤਾ ਦਾ ਹਮੇਸ਼ਾ ਸਰੂਰ ਹੈ, ਉਹਦਾ ਨਸ਼ਾ ਚੜਿਆ ਰਹਿੰਦਾ। ਜਿਵੇਂ ਨਸ਼ੇ ਵਾਲੇ ਬੰਦੇ ਦੀ ਉਹਨੂੰ ਆਉਣਦੀ ਨਹੀਂ ਹੁੰਦੀ, ਚਾਵਲੀਆਂ ਸਵਲੀਆਂ ਮਾਰੀ ਜਾਂਦਾ ਹੁੰਦਾ, ਇਹ ਵੀ ਉਵੇਂ ਆਪਣੀਆਂ ਸਵਲੀਆਂ ਮਾਰਦੇ ਆ ਤਾਕਤ ਦੇ ਨਸ਼ੇ 'ਚ। ਸੋ ਭਰਾਵੋ ਹੁਣ ਤੁਸੀਂ ਦੱਸੋ, ਸਾਰੇ ਸੁਣ ਰਹੇ ਹੋ ਇੱਥੇ ਬੈਠੇ ਵੀ ਦੂਰ ਵੀ ਸਾਨੂੰ 2 ਮਹੀਨੇ ਪਹਿਲਾਂ ਅਸੀਂ ਪੰਜਾਬ 'ਚ ਘੁਲੇ ਆ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਖਾਤਰ, ਲੜਾ ਪੀਂਗ ਹੋਏ ਆ ਲਗਾਤਾਰ 2 ਮਹੀਨੇ ਇੱਥੇ ਹੁਣ ਹੋ ਗਏ ਦਿੱਲੀ ਦੇ ਵਿੱਚ, ਸਾਰੇ ਸੂਬਿਆਂ ਦੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੂੰ ਘੋਲ ਕਰਦਿਆਂ ਨੂੰ ਲੱਟਾ ਪੀਂਗ ਹੁੰਦਿਆਂ ਨੂੰ, ਹੁਣ ਅਸੀਂ ਕਿਵੇਂ ਇਹ ਗੱਲ ਮੰਨ ਕੇ ਮੁੜ ਜਾਈਏ ਵੀ ਚਲੋ ਜਦ ਜੇ ਰੱਦ ਨਹੀਂ ਹੁੰਦੇ ਤਾਂ ਫਿਰ ਆਹ ਚੀਜ਼ ਦੇ ਦਿਓ, ਕੱਛਾ ਹੀ ਦੇ ਦਿਓ। ਚਲੋ ਇਹ ਸਵਾਲ ਆ, ਕਾਨੂੰਨ ਸਾਡੀ ਹੋਂਦ ਨਾਲ ਕਿਸਾਨਾਂ ਦੀ ਹੋਂਦ ਰਹੂਗੀ ਜਾਂ ਅਜੇ ਕਿਸਾਨ ਉਹਨਾਂ ਦੀ ਹੋਂਦ ਖਤਮ ਹੋਊਗੀ, ਇਹ ਸਵਾਲ ਨਾਲ ਜੁੜਿਆ ਹੋਇਆ ਕਾਨੂੰਨਾਂ ਦਾ ਸਵਾਲ ਆ। ਇਸ ਕਰਕੇ ਇਹ ਫਿਕਰਮੰਦੀ, ਸੋ ਭਰਾਵੋ ਇਹਨੂੰ ਅੱਗੇ ਵਧਾਉਣਾ ਸਾਡੀ ਮਜਬੂਰੀ ਹੈ, ਐਡਵਾਂਸ ਕਰਨਾ, ਅਗਲੀ ਮੰਜ਼ਿਲ ਤੇ ਲਿਜਾਣਾ, ਅਗਲਾ ਮੀਲ ਪੱਥਰ ਤੈਅ ਕਰਨਾ ਮੋਰਚੇ ਦਾ। ਉਹਦੀ ਖਾਤਰ 26 ਤਰੀਕ ਦਾ ਕੱਲਾ ਪਰੇਡ ਦਾ ਪ੍ਰੋਗਰਾਮ ਨਹੀਂ, ਕਿਹੜੀ ਰੋਡ ਤੇ ਕਰਨੀ ਹੈ, ਕਿਹੜੀ ਰਿੰਗ ਰੋਡ ਤੇ ਕਰਨੀ ਹੈ ਤੁਹਾਨੂੰ ਦੱਸਤੀ ਹੈ। ਹੁਣ ਉਹਨੂੰ ਰੋਕਣ ਦੀ ਖਾਤਰ ਇਹਨਾਂ ਚਾਲਾਂ ਨੂੰ ਮੈਂ ਕੱਲ ਵੀ ਬੋਲਿਆ ਸੀਗਾ, ਮੈਂ ਕੱਲ ਵਾਲਿਆਂ ਨੂੰ ਦਰਾਉਂਦਾ ਨਵੀਂ ਚਾਲ ਕੀ ਹੈ ਇਹਨਾਂ ਦੀ। ਪਹਿਲਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਪਾਰਟੀ ਵੀ, ਸੁਪਰੀਮ ਕੋਰਟ ਕਿਸੇ ਕੋਲੇ ਇਹਨਾਂ ਨੂੰ ਰੋਕ ਲਾ ਦੇ ਤਾਂ ਸਾਡਾ ਕਿਹੜਾ ਛੁੱਟ ਜੇ, ਪਰ ਕੱਲ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋ ਗਈ। ਸੁਪਰੀਮ ਕੋਰਟ ਨੇ ਵੀ ਕਹਿਤਾ ਇਹ ਵੀ ਜਿਹੜੀ ਪਰੇਡ ਹੈ ਇਹਦੀ ਵਿਵਸਥਾ ਕਰਨਾ, ਪ੍ਰਬੰਧ ਕਰਨਾ ਇਹਦਾ ਪੁਲਿਸ ਦਾ ਕੰਮ ਹੈ, ਇਹ ਸੁਪਰੀਮ ਕੋਰਟਾਂ ਦੇ ਕੰਮ ਨਹੀਂ, ਪੁਲਿਸ ਵਾਲੇ ਕਰਨ ਆਪਦਾ ਕੰਮ। ਜਵਾਬ ਦਿੱਤਾ ਉਹਨਾਂ ਨੂੰ, ਇਹ ਵਿਵਸਥਾ ਦਾ ਮਾਮਲਾ, ਤੁਸੀਂ ਕਰੋ ਵਿਵਸਥਾ। ਹੁਣ ਉਹਨਾਂ ਨੇ ਵਿਵਸਥਾ ਕਰਨ ਦੀ ਖਾਤਰ ਕੀ ਕਰਤਾ, ਦਿੱਲੀ ਦੀ ਪੁਲਿਸ ਨੇ ਜਿਹੜੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਹੈ, ਦਿੱਲੀ ਦੀ ਸਰਕਾਰ ਦੇ ਅਧੀਨ ਨਹੀਂ,
ਉਹਨੇ ਕੀ ਕਰਤਾ ਕਹਿੰਦਾ ਦਫਾ 47 ਲਾ ਦਿੱਤੀ। ਦਫਾ 47 ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਵਾਲੇ ਆ 40 ਸਾਲ ਦੇ ਲੜਦੇ ਆ ਰਹੇ ਹਾਂ, ਬਹੁਤ ਵਾਹ ਪਿਆ ਸਾਰਿਆਂ ਨੂੰ, ਰੱਟ ਗਈ ਹੋਣੀ ਆ ਵੀ ਦਫਾ 47 ਕੀ ਹੁੰਦੀ ਹੈ। ਦਫਾ 47 ਦਾ ਮਤਲਬ ਇਹ ਵੀ ਪੰਜ ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਜੇ ਉਹਨਾਂ ਨੇ ਦਿੱਲੀ 'ਚ ਜਾਣਾ ਤਾਂ ਚਾਰ ਚਾਰ ਹੋ ਕੇ ਜਾਣ, ਜੇ ਪੰਜ ਹੋ ਗਏ ਤਾਂ ਸਮਝੋ ਦਫਾ 47 ਟੁੱਟ ਗਈ। ਇਹਦਾ ਅਸੀਂ ਬਹੁਤ ਵਾਰੀ ਸਾਡੇ ਪੰਜਾਬ ਦੇ ਆਪਣੇ ਪਿੰਡਾਂ ਦੇ ਵਿੱਚ ਤਾਂ ਬਣ ਗਈ ਵੀ ਆਪਾਂ ਦਫਾ 47 ਦੀ ਦਫਾ ਪੱਟੀ ਹੈ, ਹੱਸਦੇ ਆ ਲੋਕ ਵੀ ਯਾਰ ਦਫਾ ਆਪਾਂ ਪੱਟਦੇ ਦਫਾ 47 ਤੋੜਦੇ, ਖੜਕਾ ਖੁੜਕਾ ਤੱਕ ਤਾਂ ਸੁਣੇ ਨੀ, ਐ ਟਿੱਚਰਾਂ ਹੁੰਦੀਆਂ ਨੇ ਦਫਾ 47 ਨੂੰ ਹੈਗੀ ਹੈ ਵੀ 2-4 ਮਹੀਨੇ ਦੀ ਸਜ਼ਾ ਵੀ ਹੈਗੀ ਹੈ। ਭਲਾ ਜਿਹਨਾਂ ਨੂੰ ਐ ਹੋਵੇ ਵੀ ਸਾਡੀ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ, ਸਾਡੀ ਹੋਣ ਦਾ ਸਵਾਲ ਹੈ, ਉਹ ਕੀ 2 ਮਹੀਨਿਆਂ ਦੀ ਦਫਾ 47 ਤੋਂ ਡਰ ਕੇ ਆਪਣਾ ਪ੍ਰੋਗਰਾਮ ਕੈਂਸਲ ਕਰ ਦੇਣਗੇ? ਇਹਨਾਂ ਦਾ ਭਰਮ ਹੈ ਇਹਨਾਂ ਦਾ। ਸੋ ਭਰਾਵੋ ਐਲਾਨ ਕਰਦੇ ਹਾਂ ਅਸੀਂ ਵੀ ਜਿਹੜਾ ਤੈਅ ਕੀਤਾ 26 ਜਨਵਰੀ ਦੀ ਪਰੇਡ, ਲੋਕਾਂ ਨੂੰ ਕਿਹਾ ਵੀ ਵੱਧ ਤੋਂ ਵੱਧ ਆਓ ਦੇ ਕਾਫਲੇ ਬੰਨ ਕੇ, ਕਿਸੇ ਪਿੰਡ ਦਾ ਕੋਈ ਪਰਿਵਾਰ ਉਸ ਰਹਿਣਾ ਨਹੀਂ ਚਾਹੀਦਾ ਖੇਤੀਆਂ ਕਰਨ ਵਾਲਾ ਜਿਹੜਾ ਹੈਗਾ, ਤੇ ਜਦੋਂ ਸਾਰੀ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਤੇ ਸਾਡੇ ਕਿਸਾਨ ਆਉਣਗੇ, ਫਿਰ ਵੀ ਮੈਨੂੰ ਲੱਗਦਾ ਵੀ ਉਹ ਦਫਾ 47 ਇਹਨਾਂ ਦੀ ਰਹੂਗੀ, ਟੁੱਟੂਗੀ, ਫਿਰ ਲੱਖਾਂ ਤੇ ਬਣਾ ਦੇਣ ਕਿਸਾਨ ਕੇਸ ਬਣਾ ਦੇਣ ਵੀ ਇਹਨਾਂ 188 ਧਾਰਾ ਲੱਗ ਗਈ ਇਹਨਾਂ ਦੇ, ਲਾ ਦੇਣ ਸਾਡੇ ਦੇ 188। ਸੋ ਅਸੀਂ ਤਿਆਰ ਹਾਂ, ਬਿਲਕੁਲ ਕੋਈ ਕਿਸੇ ਦਫਾ 47 ਦਾ ਡਰ ਨਹੀਂ ਕਿਸੇ ਦਾ। ਅਗਲੀ ਗੱਲ ਮੈਂ ਜਿਹੜੀ ਕਰਨਾ ਚਾਹੁੰਦਾ ਭਰਾਵੋ, ਇਹ ਗੱਲ ਆਗੂਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਨੀਂਦ ਉਹਨਾਂ ਦੀ ਉੱਡੀ ਹੋਈ ਹੈ ਬਈ ਜੇ ਅਸੀਂ ਇਹ ਕਾਨੂੰਨਾਂ ਨੂੰ ਰੱਦ ਕਰਾਏ ਤੋਂ ਬਿਨਾਂ ਮੁੜ ਜਾਂਦੇ ਹਾਂ ਜਾਂ ਇਹਦੇ ਵਿੱਚ ਕੋਈ ਛੋਟੀ ਮੋਟੀ ਸੋਧ ਲੈ ਕੇ ਮੁੜ ਜਾਂਦੇ ਹਾਂ, ਤਾਂ ਮੁੜ ਕੇ ਅੰਦੋਲਨ ਪੰਜਾਬ 'ਚ ਕੀ ਕਿਸਾਨ ਅੰਦੋਲਨ 10-20 ਸਾਲਾਂ ਵਾਸਤੇ ਮਰ ਜੂਗਾ, ਉੱਠੂਗਾ ਨਹੀਂ, ਇਹ ਸਭ ਨੂੰ ਪਤਾ, ਸਾਨੂੰ ਵੀ ਪਤਾ ਹੈ, ਤੇ ਇਕੱਲਾ ਕਿਸਾਨ ਅੰਦੋਲਨ ਹੀ ਨਹੀਂ ਮਰੂਗਾ ਜੇ ਇਹਨੂੰ ਜਿੱਤੇ ਤੋਂ ਬਿਨਾਂ ਮੁੜ ਕੇ। ਤੇ ਮੈਂ ਕਹਿੰਦਾ ਵੀ 10-20 ਸਾਲਾਂ ਲਈ ਮੋਦੀ ਪੱਕੇ ਤੌਰ ਤੇ ਪ੍ਰਧਾਨ ਮੰਤਰੀ ਹੋ ਜਾਊਗਾ, ਵੀ ਜੇ ਇੱਡਾ ਵੱਡਾ ਅੰਦੋਲਨ, 70% ਆਬਾਦੀ ਦਾ ਕਿਸਾਨਾਂ ਦਾ ਅੰਦੋਲਨ, ਦੇਸ਼ ਵਿਦੇਸ਼ ਦਾ ਸਮਰਥਨ, ਉਹ ਨਹੀਂ ਬਣਾ ਸਕਿਆ ਮੋਦੀ ਨੂੰ, ਫਿਰ ਕਿਸੇ ਦੇ ਭਾਈ ਹੋਰ ਦੀ ਬਸ ਦੀ ਗੱਲ ਨਹੀਂ, ਚੱਲ ਚੱਲੀ ਜਾਣਗੇ, ਮੋਦੀ ਵੀ ਪੱਕ ਜੂਗਾ। ਐਡੀਆਂ ਅਰਥ ਸੰਭਾਵਨਾਵਾਂ ਨੇ ਇਹਨਾਂ ਕਾਨੂੰਨਾਂ ਦੀਆਂ, ਇਹਨਾਂ ਕਾਨੂੰਨਾਂ ਪਿੱਛੇ ਇਹ ਅਰਥ ਸੰਭਾਵਨਾਵਾਂ ਜੁੜ ਗਿਆ ਹੋਈਆਂ ਨੇ, ਤਾਂ ਸਵਾਲ, ਤਾਂ ਫਿਕਰ, ਤਾਂ ਸਾਰਿਆਂ ਦੀ ਆਗੂਆਂ ਦੀ ਨੀਂਦ ਖਰਾਬ ਟੁੱਟਣ ਦਾ ਵਿਸ਼ਾ। ਸੋ ਹੁਣ ਜਿਹੜੀ ਅਗਲੀ ਗੱਲ ਹੈ, ਦੋ ਮਨ ਘੁਲੀ ਜਾਂਦੇ ਹੁੰਦੇ ਆ, ਜਿੰਨਾ ਚਿਰ ਵਿਰੋਧੀ ਨੂੰ ਜਿਹੜੇ ਨੂੰ ਢੋਣਾ ਤੁਸੀਂ ਉਹਦਾ ਦਮ ਨਹੀਂ ਪੱਟਿਆ ਜਾਂਦਾ, ਉਹਦੇ 'ਚ ਹਫੜਾ ਦਫੜੀ ਨਹੀਂ ਮਚਦੀ, ਉਨਾ ਚਿਰ ਤੁਸੀਂ ਉਹਦੀ ਟੂਹੀ ਲਵਾ ਨਹੀਂ ਸਕਦੇ। ਮੋਦੀ ਸਰਕਾਰ ਦਾ ਦਮ ਪੱਟਿਆ ਜਾਣਾ ਚਾਹੀਦਾ ਸਾਡੇ ਸੱਭੀ ਵਾਲੇ ਐਕਸ਼ਨ ਨਾਲ, ਉਹਦੇ 'ਚ ਹਫੜਾ ਦਫੜੀ ਮਚਣੀ ਚਾਹੀਦੀ ਆ ਸਰਕਾਰ ਦੇ ਹਲਕਿਆਂ 'ਚ, ਉਹਦੀ ਹਫੜਾ ਦਫੜੀ ਦੀ ਜਿਹੜੀ ਰਫ਼ਤਾਰ ਆ ਤੇਜ਼ ਹੋਣੀ ਚਾਹੀਦੀ ਆ ਉਹਨਾਂ ਦੇ ਹਲਕਿਆਂ 'ਚ, ਜਿੰਨੀ ਹਫੜਾ ਦਫੜੀ ਅਸੀਂ ਉਹਨਾਂ ਦੇ ਹਲਕਿਆਂ 'ਚ ਮਚਾ ਦੇਵਾਂਗੇ, ਉਨੀ ਛੇਤੀ ਉਹ ਪਜਾਮਾ ਦੇਣ ਨੂੰ ਤਿਆਰ ਹੋ ਜਾਣਗੇ। ਇਹ ਆਪਣਾ ਉਹ ਸੁਨੇਹਾ, ਸਾਨੂੰ ਇਹਦੀਆਂ ਤਿਆਰੀਆਂ ਹੁਣੇ ਤੋਂ ਕਰਨ ਲੱਗ ਜਾਓ। ਅਗਲੀ ਗੱਲ ਮੈਂ ਦੂਜੀ ਗੱਲ ਜਿਹੜੀ ਕੰਟਰੋਲ ਵਾਲੀ ਆ, ਜਾਬਤੇ ਵਾਲੀ ਆ, ਪਹਿਲਾਂ ਵਾਲੇ ਬੁਲਾਰਿਆਂ ਨੇ ਵੀ ਕਿਹਾ, ਮੀਟਿੰਗਾਂ ਦੇ ਵਿੱਚ ਵੀ ਤੈਅ ਹੋਇਆ ਵੀ ਬੋਲੋ ਜਾ ਕੇ ਸਟੇਜ ਤੇ। ਪਹਿਲੀ ਗੱਲ ਤਾਂ ਮੈਂ ਸਾਰੇ ਸਾਨੂੰ ਪਤਾ ਵੀ ਜਿੰਨੇ ਇਸ ਇਕੱਠ ਦੇ ਵਿੱਚ ਹੁਣ ਤੱਕ ਜਾਂ ਜੋ 26 ਨੂੰ ਆਉਣਗੇ ਉਹਨਾਂ ਦੇ ਵਿੱਚੋਂ 50% ਹੋਣਗੇ ਜਿਹੜੇ ਕਿ ਸਾਡੀਆਂ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਕੈਡਰ ਹੋਣਗੇ ਜਾਂ ਮੈਂਬਰ ਹੋਣਗੇ ਜਾਂ ਉਹਨਾਂ ਦੇ ਝੰਡੇ ਥੱਲੇ ਆਉਣਗੇ, ਬਾਕੀ 50% ਇਹੋ ਜਿਹੇ ਹੋਣਗੇ ਜਿਹੜੇ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹੋਣਗੇ। ਇਹੋ ਜਿਹੇ ਕਿਸਾਨ ਆਉਣਗੇ ਵੀ ਅਸੀਂ ਕਿਸਾਨ ਆ, ਭਾਵੇਂ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ, ਅਸੀਂ ਜਾ ਰਹੇ ਹਾਂ ਕਿਸਾਨਾਂ ਵਿਰੋਧੀ ਕਿਸਾਨ ਮਾਰੂ ਕਾਨੂੰਨ ਨੂੰ ਰੱਦ ਕਰਾਉਣ ਦੀ ਖਾਤਰ। ਉਹ ਜਿਹੜੇ ਉਹ ਹੋਣਗੇ ਉਹਨਾਂ ਦੀ ਮੈਂ ਖਾਸ ਕਰਕੇ ਉਹਨਾਂ ਨੂੰ ਅਪੀਲ ਕਰਦਾ, ਹਦਾਇਤ ਕਰਦਾ, ਬੇਨਤੀ ਕਰਦਾ ਵੀ ਜੋ ਵੀ ਮੀਟਿੰਗਾਂ ਦੇ ਵਿੱਚ ਆਪਣੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗਾਂ ਦੇ ਵਿੱਚ ਕੋਈ ਗਾਈਡਲਾਈਨ, ਕੋਈ ਐਡਵਾਈਜ਼ਰੀ ਤੈਅ ਹੁੰਦੀ ਹੈ, ਉਹ ਆਪਣੀਆਂ ਜਥੇਬੰਦੀਆਂ ਦੇ ਅੰਦਰ ਤੋਂ ਪਹੁੰਚ ਜਾਂਦੀ ਹੈ ਜਥੇਬੰਦਕ ਢੰਗ ਰਾਹੀਂ ਜਾਂ ਮੀਡੀਆ ਪ੍ਰੈਸ ਰਾਹੀਂ, ਪਰ ਜਿਹੜਾ ਜਥੇਬੰਦੀਆਂ ਤੋਂ ਬਾਹਰਲਾ ਹਿੱਸਾ ਉਹਦੇ ਕੋਲ ਨਹੀਂ ਪਹੁੰਚਦੀ। ਇਸ ਕਰਕੇ ਮੈਂ ਉਹਨਾਂ ਸਾਰੇ ਕਿਸਾਨਾਂ ਨੂੰ, ਨੌਜਵਾਨਾਂ ਨੂੰ,
ਜਿਹੜੇ ਕਿਸੇ ਜਥੇਬੰਦੀਆਂ ਨਾਲ ਅਜੇ ਨਹੀਂ ਜੁੜੇ ਉਹ ਘੱਟੋ ਘੱਟ ਇੱਥੇ ਆ ਕੇ ਕਿਸੇ ਨਾ ਕਿਸੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਜ਼ਰੂਰ ਕਰਨ, ਪੁੱਛਣ ਉਹਨਾਂ ਨੂੰ ਵੀ ਜਿਹੜਾ ਆਪਾਂ ਰਿੰਗ ਰੋਡ ਤੇ ਜਾਣਾ, ਦਿੱਲੀ ਦੇ ਅੰਦਰ ਰਿੰਗ ਰੋਡ ਤੇ ਜਾਣਾ, ਪਰੇਡ ਕਰਨੀ ਹੈ, ਉਹਦੀਆਂ ਕੀ ਹਦਾਇਤਾਂ ਨੇ, ਕੀ ਉਹਦੀ ਐਡਵਾਈਜ਼ਰੀ ਹੈ, ਕੀ ਉਹਦੀਆਂ ਸਾਵਧਾਨੀਆਂ, ਉਹ ਜ਼ਰੂਰ ਆ ਕੇ ਜਿਹੜੇ ਵੀ ਜਥੇਬੰਦੀ ਨਾਲ ਉਹਨਾਂ ਦਾ ਲਿੰਕ ਹੁੰਦਾ ਉਹ ਤੋਂ ਪੁੱਛਣ। ਇਹ ਮੈਂ ਖਾਸ ਤੌਰ ਤੇ ਅਪੀਲ ਕਰਦਾ ਤਾਂ ਕਿ ਅਸੀਂ ਜਦੋਂ 26 ਤਰੀਕ ਨੂੰ ਅੱਗੇ ਵਧਾਂਗੇ ਜੇ ਸਾਨੂੰ ਨਾ ਵੀ ਇਹਨਾਂ ਨੇ ਮਨਜ਼ੂਰੀ ਦਿੱਤੀ, ਨਾ ਸਾਨੂੰ ਆ ਰੋਕਾ ਪਾਸੇ ਖਿੱਚ ਗਿਆ, ਫਿਰ ਸਿੱਧੀ ਗੱਲ ਹੈ ਰੋਕਾ ਪਾਸੇ ਕਰਕੇ ਜਾਣਾ ਪਊ, ਆਪ ਪਾਸੇ ਕਰਨੀਆਂ ਪੈਣਗੀਆਂ। ਉਸ ਵਾਸਤੇ ਡਿਸਿਪਲਿਨ ਉਸ ਮੌਕੇ ਤੇ, ਜਿਹੜਾ ਡਿਸਿਪਲਿਨ ਹੈ, ਜਾਬਤਾ, ਅਨੁਸ਼ਾਸਨ ਹੈ, ਬਹੁਤ ਜ਼ਰੂਰੀ ਹੁੰਦਾ। ਉਦੋਂ ਸਾਰੇ ਜੇ ਉੱਥੋਂ ਆਤਮਹਾਰਾਪਣ ਹੋ ਜਾਏ, ਉਹ ਕਈ ਵਾਰੀ ਸਾਡਾ ਆਤਮਹਾਰਾਪਣ ਸਾਡੇ ਪੈਰਾਂ 'ਚ ਪਹਾੜੀ ਸਾਬਤ ਹੋ ਜਾਂਦਾ। ਸੋ ਇਸ ਕਰਕੇ ਮੈਂ ਕਹਿੰਦਾ ਵੀ ਉਹ ਅਸੀਂ ਉਦੋਂ ਵੀ ਜਿਹੜੇ ਸਾਡੇ ਆਗੂ ਅਸੀਂ ਮੂਹਰੇ ਲੱਗਾਂਗੇ, ਬਾਕੀ ਮੰਗ ਸਾਰੇ ਕਿਸਾਨ ਹੋਣਗੇ, ਨੌਜਵਾਨ ਹੋਣਗੇ, ਸਾਡੀਆਂ ਭੈਣਾਂ ਹੋਣਗੀਆਂ, ਉਸ ਮੌਕੇ ਕੀ ਹਦਾਇਤਾਂ ਨੇ, ਕੀ ਐਡਵਾਈਜ਼ਰੀ ਆ, ਸਾਰਿਆਂ ਨੂੰ ਨੋਟ ਕਰਨੀ ਚਾਹੀਦੀ ਆ ਤਾਂ ਕਿ ਆਪਾਂ 26 ਤੋਂ ਪਹਿਲਾਂ ਇਹਦੀ ਹਫੜਾ ਦਫੜੀ ਮਚਾ ਦਈਏ ਕੇਂਦਰ ਸਰਕਾਰ ਦੇ ਹਲਕਿਆਂ 'ਚ, ਤੇ ਸਾਡਾ ਜਿਹੜਾ ਇਹਨੂੰ ਮਜਬੂਰ ਹੋ ਜਾਏ ਫੈਸਲਾ ਕਰਨ ਦੀ ਖਾਤਰ ਕੇਂਦਰ ਸਰਕਾਰ, ਵੀ ਅਸੀਂ ਰਿਪੀਲ ਕਰਤਾ ਇੱਕ ਵਾਰੀ ਕਾਨੂੰਨ, ਇਦੂ ਬਾਅਦ ਜਿਹਨੇ ਸੂਬੇ ਨੇ ਬਣਾਉਣਾ ਹੋਇਆ ਬਣਾ ਲੇ, ਜਿਹਨੇ ਨਹੀਂ ਬਣਾਉਣਾ ਹੋਣਾ ਨਾਮ ਬਣਾ ਲੇ, ਤੇ ਅਸੀਂ ਜਿੱਤ ਦਾ ਝੰਡੇ ਚੜਾਉਂਦੇ ਹੋਏ ਵਾਪਸ ਘਰਾਂ ਨੂੰ ਜਾ ਸਕੀਏ। ਇੰਨਾ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਦਾ, ਭੈਣਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।